ਹਾਂਜੀ, ਅੱਜ ਆਪਾਂ ਹੁਣ ਇੱਕ ਵਿਸ਼ਾ ਜਿਹੜਾ ਇਹ ਵੀ ਬੜਾ ਸੈਂਸਿਟਿਵ ਆ। ਮੇਰੇ ਨਾਲ ਅੱਜ ਮੇਰੀ ਵਾਈਫ ਕਿਰਨਦੀਪ ਕੌਰ ਸਾਥ ਦੇਣਗੇ, ਕਿਉਂਕਿ ਇਹ ਵੀ ਇੰਟਰਨੈਸ਼ਨਲ ਸਟੂਡੈਂਟ, ਯਾਨੀ ਤੁਸੀਂ ਸਮਝ ਗਏ, ਯਾਨੀ ਸਟੂਡੈਂਟ ਜਿਹੜੇ ਆਪਣੇ ਆਉਂਦੇ ਆ ਕਨੇਡਾ, ਅਮਰੀਕਾ ਜਾਂ ਹੋਰ ਕੰਟਰੀਆਂ ਦੇ ਵਿੱਚ, ਈਵਨ ਨਿਊਜ਼ੀਲੈਂਡ ਜਾਂ ਹੋਰ ਕਿਤੇ ਵੀ ਜਾਂਦੇ, ਸਾਰੇ ਵਰਲਡ ਵਾਈਡ, ਈਵਨ ਕਨੇਡੀਅਨ ਸਟੂਡੈਂਟ ਜਾਂ ਵਰਲਡ ਦੇ ਵਿੱਚੋਂ ਇੰਡੀਆ ਵੀ ਜਾਂਦੇ ਜਿਹੜੇ ਇੰਟਰਨੈਸ਼ਨਲ। ਇੰਟਰਨੈਸ਼ਨਲ ਸਟੂਡੈਂਟ ਮੀਨਜ਼ ਇੰਟਰਨੈਸ਼ਨਲ, ਉਹ ਚਾਹੇ ਬ੍ਰਾਜ਼ੀਲ ਤੋਂ ਆਪਣੇ ਅਫਰੀਕਾ ਵਾਲੇ ਜਿਹੜੇ ਕਾਲੇ ਆ, ਉਹ ਚਾਹੇ ਇੰਡੀਆ ਪੜ੍ਹਨ ਆਉਣ ਜਾਂ ਇੰਡੀਆ ਵਾਲੇ ਕਨੇਡਾ ਪੜ੍ਹਨ ਆਉਣ, ਸੇਮ ਥਿੰਗ ਆ ਇਹ, ਆਪਾਂ ਬਰਾਬਰ ਲੈ ਕੇ ਚੱਲਣੀ ਆ ਦੋਨਾਂ ਦੇ ਵਿੱਚ। ਠੀਕ ਹੈ ਗੱਲ, ਵੀ ਜਦੋਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਕਿਤੇ ਵੀ ਜਾਣਾ, ਮੰਨ ਲਓ ਪੜ੍ਹਨ, ਤਾਂ ਉਸ ਕੰਟਰੀ ਦੀ ਜਿਹੜੀ ਫੀਸ ਆ ਉਹ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਅਗਲੇ ਕਾਲਜਾਂ ਵਾਲੇ, ਬਈ ਇੰਨੀ ਭਾਈ $15,000 ਇੱਕ ਸਮੈਸਟਰ ਦੀ ਫੀਸ ਤੁਹਾਨੂੰ ਲੱਗਣੀ ਇੱਕ ਸਮੈਸਟਰ ਦੀ। ਜੇ ਤੁਹਾਡਾ ਹੁਣ ਮੰਨ ਲਓ 6 ਸਮੈਸਟਰ ਆ, ਤਾਂ ਉਹਨੂੰ ਆਪਦੇ 15 ਨਾਲ ਗੁਣਾ ਕਰ ਲਓ, ਠੀਕ ਆ। ਇੰਨੀ ਫੀਸ ਤੁਹਾਡੇ ਐਲੀਜੀਬਲ ਤੁਸੀਂ ਹੋਵੋ, ਤੁਹਾਡੇ ਖਾਤੇ 'ਚ ਹੋਵੇ, ਜਾਂ ਤੁਸੀਂ ਐਗਰੀ ਹੋਵੋ ਦੇ ਸਕਦੇ। ਤੁਸੀਂ ਆਪਾਂ ਪਹਿਲਾਂ ਐਗਰੀ ਹੁੰਦੇ ਹਾਂ, ਜਾਣੀ ਉਹ ਚੀਜ਼ 'ਤੇ, ਹੈ ਨਾ, ਆਪਾਂ ਐਗਰੀ ਹੁੰਦੇ ਹਾਂ ਵੀ ਠੀਕ ਆ, ਅਸੀਂ 3 ਸਾਲ ਦੀ ਅਸੀਂ ਚੱਕਾਂਗੇ। ਉਹ ਚੱਕਣੀ ਉਹਨਾਂ ਨੂੰ, ਉਹਨਾਂ ਦਾ ਮਤਲਬ ਇਹ ਆ ਵੀ ਇਹ ਇੰਡੀਆ ਤੋਂ ਆਪਦੀ ਫੀਸ ਬੱਚੇ ਜਿਹੜੇ ਆ ਲੈ ਕੇ ਆਉਣ, ਉਹਨਾਂ ਦਾ ਮਤਲਬ ਇਹ ਹੁੰਦਾ ਵੈਸੇ, ਹੈ ਨਾ, ਲਿਵਿੰਗ ਐਕਸਪੈਂਸ ਸਾਰਾ ਕੁਛ ਆ। ਅਤੇ ਉਹਦੇ ਵਿੱਚ ਜਦੋਂ ਹੁਣ ਆਪਾਂ, ਪਰ ਆਪਾਂ ਚਲੋ ਪੰਜਾਬੀ ਆ ਜਿਹੜੇ ਸਕੀਮ ਲਾ ਲਈ ਦੀ ਆ ਵੀ ਚੱਲ 13 ਇੱਕ ਸਮੈਸਟਰ ਦੀ ਭਰ ਦਿਓ, ਬਾਕੀ ਆਪਾਂ ਚੱਲ ਬਾਹਰ ਜਾ ਕੇ ਉੱਥੇ ਕੰਮ ਕਰ ਲਾਂਗੇ। ਇਨ ਕੇਸ ਇਹ ਮੰਨ ਕੇ ਚੱਲੋ, ਸੋਚ ਕੇ ਦੇਖੋ ਵੀ ਜੇ ਕੰਮ ਕਰਨਾ ਇੱਥੇ ਨਾ ਹੁੰਦਾ ਲੀਗਲ ਜਾਂ ਆਪਣਾ ਅਨਲੀਗਲ ਜੋ ਵੀ, ਜਾਂ ਇੱਥੇ ਕੰਮ ਨਾ ਹੁੰਦੇ, ਇਕੱਲਾ ਸਿਰਫ ਊਂ ਇਹ ਜਾਣੀ ਜਿਹੜਾ ਪ੍ਰੋਗਰਾਮ ਆ ਉਹ ਇਹ ਆ ਵੀ ਤੁਸੀਂ ਇੰਟਰਨੈਸ਼ਨਲ ਜਾ ਕੇ ਆਪਾਂ ਪੜ੍ਹਨਾ, ਪੜ੍ਹ ਕੇ ਮੰਨ ਲਓ ਆਪਾਂ ਆਪਦੀ ਪੜ੍ਹਾਈ ਅਪਗ੍ਰੇਡ ਕਰ ਲਈ ਇੰਡੀਆ ਤੋਂ ਜਾਣੀ ਆ ਗਏ, ਅਤੇ ਉਦੋਂ ਗਾ ਆਪਾਂ ਆਪਦੀ ਕੰਟਰੀ 'ਚ ਬੈਕ ਜਾ ਕੇ ਆਪਾਂ ਜੋਬ ਲੈਣੀ ਹੈ, ਜਿਵੇਂ ਕਿ ਕਿਰਨ ਕਰਨ ਆਈ ਸੀ ਜਾਣੀ ਇਹਦਾ, ਹੈ ਨਾ, ਅਪਗ੍ਰੇਡ ਕਰਨ ਆਈ ਸੀਗੇ ਨਾ ਤੁਹਾਡਾ। ਅਤੇ ਪਰ ਇਹ ਆ ਵੀ ਹਾਂ, ਇਹ ਆ ਵੀ ਆਪਾਂ ਨੂੰ ਇੱਥੇ ਆਪਸ਼ਨ ਆ ਵੀ ਜੇ ਕੰਟਰੀ ਦੇ ਵਿੱਚ ਵੀ ਜੇ ਤੁਸੀਂ ਪੜ੍ਹਦੇ ਪੜ੍ਹਦੇ ਤੁਹਾਨੂੰ ਇੰਨਾ ਤਾਂ ਵਧੀਆ ਲੱਗਦਾ ਤਾਂ ਤੁਸੀਂ ਹਾਂ ਇੱਥੇ ਹਾਂ ਰਹਿਣਾ ਵਧੀਆ, ਤਾਂ ਲਿਵਿੰਗ ਸਟੈਂਡਰਡ ਹਾਂ, ਤਾਂ ਆਪਣੇ ਕੋਲ ਇੱਕ ਆਪਸ਼ਨ ਆ ਜਾਂਦੀ ਹੈ ਵਿੱਚ ਵਿਚਾਲੇ ਬਈ ਵੀ ਠੀਕ ਹੈ ਯਾਰ ਆਹ ਕੰਟਰੀ ਵਧੀਆ, ਬੈਕ ਹੋਮ ਆਪਾਂ ਇੰਡੀਆ ਜਾ ਕੇ ਉੱਥੇ ਦੁਬਾਰੇ ਜੋਬ ਕਰਨ ਨਾਲੋਂ ਅਤੇ ਇੱਥੇ ਹੀ ਆਪਾਂ ਬੈਟਰ ਆ ਵੀ ਇੱਥੇ ਰਹਿ ਪੈਂਦੇ ਹਾਂ। ਇਹ ਪ੍ਰੋਗਰਾਮ ਇੱਕ ਚੱਲਦਾ ਜਾਣੀ, ਹੈ ਨਾ, ਸਾਰੀਆਂ ਕੰਟਰੀਆਂ ਦਾ ਹੀ ਆ। ਅਤੇ ਇਹਦੇ ਵਿੱਚ ਹੁਣ ਪ੍ਰੋਬਲਮ ਇਹ ਆਉਂਦੀ ਆ ਵੀ ਜਿਹੜੇ ਆਪਾਂ ਹੁਣ, ਮੈਨੂੰ ਇੱਥੇ ਬੱਚੇ ਮਿਲੇ ਕਈ 2-3 ਜਿਹੜੇ ਕਿ ਗੱਲ ਇਹ ਕਰਦੇ ਸੀ ਬਈ ਭਾਅ ਜੀ ਕਹਿੰਦੇ ਬਈ ਸਾਡੇ ਨਾਲ ਫਰਕ ਕੀਤਾ ਜਾਂਦਾ, ਬਈ ਫਰਕ ਬਈ ਸਾਨੂੰ ਬਈ ਕਹਿ ਲਓ ਵੀ ਮੈਨੂੰ ਕਹਿੰਦੇ ਵੀ ਹੁਣ ਤੁਹਾਡੇ ਬੱਚਿਆਂ ਦੀ ਜੇ ਯੂਨੀਵਰਸਿਟੀ ਜਾਂ ਕੋਲਜ ਜਾਣਗੇ ਤਾਂ ਉਹਨਾਂ ਦੀ 3,000-4,000 ਹੱਦ 5,000 ਫੀਸ ਆ ਸਮੈਸਟਰ ਦੀ। ਅੱਗੇ ਸਾਡੇ ਨਾਲ ਧੱਕਾ ਹੁੰਦਾ, ਕਹਿੰਦੇ ਬਈ ਅਸੀਂ 15,000 ਭਰਦੇ ਹਾਂ, ਜਾਣੀ ਜਿਹੜੀ ਨਵੀਂ ਪਨੀਰੀ ਦੇ ਬੱਚਿਆਂ ਦੇ ਬ੍ਰੇਨ ਦੇ ਵਿੱਚ ਇਹ ਗੱਲ ਇੱਕ ਹੈਗੀ ਆ, ਆਮ ਹੀ ਮੈਂ ਕੋਮਨ ਇਹ ਗੱਲ ਸੁਣ ਰਿਹਾ, ਹੈ ਨਾ, ਜਾਣੀ ਬਈ ਕਦੇ ਸਟੂਡੈਂਟ ਬੱਚਿਆਂ ਨਾਲ ਗੱਲ ਕਰਦੇ ਆ ਨਾ, ਅਤੇ ਉਹ ਇਹਨਾਂ ਦੇ ਉਹਨਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਇਹ ਗੱਲ ਘਰ ਘਰ ਗਈ ਆ ਵੀ ਜਿਹੜੇ PR ਆ, ਪਰਮਾਨੈਂਟ ਰੈਸੀਡੈਂਸ ਆ ਜਿਹੜੇ ਇੱਥੋਂ ਦੇ ਜਾਂ ਸਿਟੀਜ਼ਨ ਆ, ਵੀ ਉਹਨਾਂ ਦੇ ਬੱਚਿਆਂ ਦੀ ਤਾਂ ਫੀਸ ਬਹੁਤ ਘੱਟ ਆ ਅਤੇ ਸਾਡੀ 3 ਗੁਣਾ ਜ਼ਿਆਦਾ ਆ। ਯਾਨੀ ਇਹਦੇ 'ਤੇ ਆਪਾਂ ਇੱਕ ਅੱਜ ਥੋੜ੍ਹੀ ਜਿਹੀ ਹੋਰ ਡਿਸਕਸ਼ਨ ਕਰਦੇ ਹਾਂ ਵੀ ਨਹੀਂ ਭਾਈ ਐਂ ਨਹੀਂ ਹੁੰਦਾ। ਦੂਜਾ ਉਹ ਕਹਿੰਦੇ ਆ ਬਈ, ਦੂਜਾ ਇੱਕ ਹੋਰ ਕਹਿੰਦੇ ਆ ਬਈ ਸਾਨੂੰ ਜਿਹੜੇ ਡਾਲਰ ਆ ਉਹ ਜਦੋਂ ਅਸੀਂ ਜੋਬ ਕਰਦੇ ਹਾਂ, ਮੰਨ ਲਓ ਅਨਲੀਗਲ ਜੋਬ ਆ ਜਿਹੜੀ ਕੈਸ਼ 'ਤੇ, ਯਾਨੀ ਲੀਗਲੀ ਨਹੀਂ ਹੈ, ਲੀਗਲੀ ਤਾਂ ਉਹ ਅਲਾਊਡ ਨਹੀਂ ਕਿ ਉਹਨਾਂ ਨੂੰ ਜੋ ਕੈਂਪਸ ਦੇ 20 ਘੰਟੇ ਉਹੀ ਆ, ਪਰ ਹੈ ਨਾ, ਅਤੇ ਪਰ ਜਿਹੜੀ ਅਨਲੀਗਲ ਜੋਬ ਕਰਦੇ ਹਾਂ ਅਸੀਂ ਉਹਦੇ ਵਿੱਚ ਕਹਿੰਦੇ ਆ ਬਈ ਸਾਨੂੰ ਆਮ ਜੇ $14 ਮਿਲਦੇ ਆ PR ਨੂੰ, ਤਾਂ ਸਾਨੂੰ $10, $10 ਜਾਂ $9 ਦਿੰਦੇ ਆ, ਹੈ ਨਾ। ਇਹ 2 ਪੁਆਇੰਟ ਆ ਜਾਣੀ ਜਿਹੜੇ ਅੱਜ ਆਪਾਂ ਵੀਡੀਓ ਦੇ ਵਿੱਚ ਕਵਰ ਕਰਨੇ ਆ। ਨੰਬਰ 1 'ਤੇ ਤਾਂ ਇਹ ਆ ਵੀ ਫੀਸਾਂ, ਦੇਖੋ ਵੀਰੋ ਗੱਲ ਇਹ ਆ ਵੀ ਭੈਣੋ ਅਤੇ ਭਰਾਵੋ ਵੀ ਜਿਹੜੀ ਆਪਾਂ, ਪਹਿਲੀ ਗੱਲ ਤਾਂ ਇਹ ਆ ਵੀ ਕੰਟਰੀ ਨੇ ਜਦੋਂ ਆਪਾਂ ਨੂੰ ਨਾ ਤਾਂ ਸਪੋਂਸਰਸ਼ਿਪ ਭੇਜੀ ਆ, ਨਾ ਉਹ ਆਪਾਂ ਨੂੰ ਲੈਣ ਗਏ ਆ, ਨਾ ਉਹ ਆਪਾਂ ਨੂੰ ਕਹਿ ਲਓ ਵੀ ਉਹਨਾਂ ਨੇ ਕੀ ਕਹਿੰਦੇ ਹੁੰਦੇ ਆ ਆਹ ਸਕੂਲਾਂ ਦਾ ਜਿਹੜਾ ਕਰਦੇ ਹੁੰਦੇ ਆ ਸਪੋਂਸਰਸ਼ਿਪ ਇਨਵੀਟੇਸ਼ਨ, ਹਾਂ ਇੱਕ ਇਨਵੀਟੇਸ਼ਨ ਹੁੰਦਾ, ਇੱਕ ਹੋਰ ਕੀ ਹੁੰਦਾ ਜਿਹੜਾ ਬੱਚਾ ਪੜ੍ਹਾਉਂਦੇ ਆ ਕਾਲਜ ਵਾਲੇ ਸਪੋਂਸਰ ਕਰਦੇ ਜਾਣੀ, ਜਾਂ ਉਹਦਾ ਇੱਕ ਹੋਰ ਨਾਂ ਵੀ ਹੁੰਦਾ, ਹੈ ਨਾ, ਕੁਛ ਬਈ ਆਪਾਂ ਕਹਿੰਦੇ ਹਾਂ ਵੀ ਕਾਲਜ ਦੇ ਵੱਲੋਂ ਮੈਨੂੰ ਉਹ ਮਿਲ ਗਈ ਸਕੋਲਰਸ਼ਿਪ, ਹਾਂ
ज्यादा स्कॉलरशिप के बच्चे आए हों तो थोड़ी जिम्मेवारी पूरी चक्कन जां थोनू इनविटेशन उन्होंने भेजा होवे कनेडा वालिया ने जां होर कंट्रियां ने भी आओ साडे कोले पढ़न असी थोड़ी जिम्मेवारी चक्कांगे नहीं आए नहीं गा। देखो अगले ने आपदियां साइटां ते जां थोनू ऑलरेडी थोड़े मूहरे पैंफलेट अगले रख दिंदे आ भी आ भाई ने आ सेमेस्टर दी इन्नी फीस होगी इन्नी होगी जे तां तुसीं एग्री आ तां आपां सारे जणे आपां मां प्यो आपां बच्चे एग्री हो के उत्थे प्रोपर कहिंदे आ भी हाँ असीं इह फीस भर सकदे आ हैना तो फिर आप अगले की भर अगले अपन दाखला दे देंगे आप जहाज चढ़ के आ जाने इतने आके आप सिर्फ एक फीस लेके आने हूँ हालांकि लीगली होना की चाहिए बई तुसी जा तो यह भी कल पढ़ाई करो जो जे स्टेट के जाके मैनीटोबा जो होर जिते साल के बच्चा पक्का हो जाता भी सिर्फ कॉलेज पहले आपका पढ़ाई पूरी कर लो उदू का पी आर हो गए साल दो साल फिर मूव ऑन हो जाओ किसी भी सिटी के जिते होना हुण अपने इत्थे बच्चे पांच पांच साल वह कोर्स लमक जाते क्योंकि इत्थे आके आपां नूं पता पढ़ाईयां पहलां तां उह समझ हाँ उह वी जिहड़ी पढ़ाई आ पढ़ाई इंडिया नालों इत्थे थोड़ी जी आपां नूं लगदा सी पहलां सौखी है पर औखी आ इत्थे आके जदों थोड़े उह पेपर थोड़े रह जांदे आ फस जांदे आ मुड़ के दुबारे एंड दुबारे एंड दुबारे कह लो करदे करदे उह चार पांच साल तुहानूं फीसां भरनियां पैंदियां ठीक आ ਇਥੇ ਈਜ਼ੀ ਆ ਪਰ ਉਤੇ ਟਾਈਮ ਦੇਣਾ ਪੈਂਦਾ ਲਾਈਕ ਅਸਾਈਨਮੈਂਟ ਪ੍ਰੋਜੈਕਟ ਕਿੰਨੇ ਕਿੰਨੇ ਹੁੰਦੇ ਲਾਈਕ ਪ੍ਰੈਕਟੀਕਲ ਵਰਕ ਜ਼ਿਆਦਾ ਇੰਡੀਆ ਆਪਾਂ ਰੱਟਦੇ ਸੀ ਕਿਤਾਬ ਤੇ ਪੇਪਰ ਦੇ ਦਿੰਦੇ ਸੀਗੇ ਉਹ ਮੱਚ ਈਜ਼ੀਅਰ ਸੀਗਾ ਹਾਂ ਯਾਨੀ ਇੱਕ ਹਾਂ ਗੱਲ ਇਹ ਆ ਵੀ ਇੱਕ ਫੀਸ ਵਾਲਾ ਕੰਮ ਨਹੀਂਗਾ ਵੀ ਜੇ ਕਹਿ ਦਈਏ ਵੀ ਇੱਕ ਫੀਸ ਬਈ ਆਪਾਂ ਭਰ ਕੇ ਆਪਣਾ ਸਰਜੂ ਨਹੀਂ ਪੰਜ ਪੰਜ ਸਾਲ ਤੁਹਾਨੂੰ ਫੀਸਾਂ ਭਰਨੀਆਂ ਪੈਂਦੀਆਂ ਯਾਨੀ ਕਹਿ ਲਓ ਮੋਟੀਆਂ ਜੀਆਂ ਹਾਂਜੀ ਬੈਕਅਪ ਹੋਣੀ ਚਾਹੀਦੀ ਆ ਠੀਕ ਆ ਇੱਕ ਫੀਸ ਲੈ ਕੇ ਆਓ ਪਰ ਇੰਤਜ਼ਾਮ ਹੋਣਾ ਚਾਹੀਦਾ ਠੀਕ ਆ ਜੌਬਾਂ ਮਿਲ ਜਾਂਦੀਆਂ ਉਹਦੇ ਸਾਰਾ ਕੁਝ ਹੋ ਜਾਂਦਾ ਪਰ ਫਿਰ ਵੀ ਆਪਦੀ ਪਲੈਨਿੰਗ ਉਵੇਂ ਕਰਕੇ ਆਓ ਕਿ ਲਾਈਕ ਜਿਵੇਂ ਆਉਂਦੇ ਹੀ ਲੱਭਦੇ ਆਪਾਂ ਜੌਬ ਲੱਭ ਜਾਵੇ ਕਾਲਜ ਦਾ ਕੁਛ ਨਹੀਂ ਪਤਾ ਹੁੰਦਾ ਕਿੰਨੇ ਸਟੂਡੈਂਟ ਦੇਖਿਆ ਕਾਲਜ ਜਾਂਦੇ ਹੀ ਨਹੀਂ ਜੌਬਾਂ ਕਰਕੇ ਬਸ ਉੱਧਰ ਹੀ ਬਿਜ਼ੀ ਹੋ ਜਾਂਦੇ ਆ ਐਟ ਦਾ ਐਂਡ ਫਿਰ ਉਹਨਾਂ ਦਾ ਸਹੀ ਨਹੀਂ ਹੁੰਦਾ ਲਾਈਕ ਕਾਫੀ ਹੈਗਾ ਐਂ ਦੇਖੇ ਅਸੀਂ ਫਿਰ ਐਕਸਪਲੋਇਟੇਸ਼ਨ ਉਹ ਬੱਚਿਆਂ ਦੀ ਹੁੰਦੀ ਹੈ ਫਿਰ ਆਪਾਂ ਕਹਿੰਦੇ ਆ ਜ਼ਿਆਦਾ ਹੁੰਦੀ ਆ ਹਾਂਜੀ ਫਿਰ ਉਹ ਸਾਰੇ ਵਕੀਲ ਯਾਨੀ ਫੀਸਾਂ ਥੋਤੋਂ ਵੱਧ ਟੈਕਸ ਹੋ ਜਾਓ ਯਾਨੀ ਇਹ ਲੀਗਲੀ ਜੇ ਤੁਸੀਂ ਚੱਲੋ ਨਾ ਬਹੁਤ ਸੌਖਾ ਹਾਂ ਬਹੁਤ ਈਜ਼ੀ ਯਾਨੀ ਇੱਕ ਨੰਬਰ ਦੇ ਵਿੱਚ ਜਿਵੇਂ ਉਹ ਹੈਗਾ ਪ੍ਰੋਗਰਾਮ ਜਿਹੜਾ ਵੀ ਮੰਨ ਲਓ ਬੱਚਾ ਆਉਂਦਾ ਆ ਕੇ ਜਿੰਨੀ ਫੀਸ ਆ ਉਹ ਆਪਦੀ ਜਾਂ ਤਾਂ ਇੰਡੀਆ ਤੋਂ ਇੰਤਜ਼ਾਮ ਕਰਕੇ ਆਵੇ ਜਾਂ ਉਹ ਕੋਰਸ ਉਹੋ ਜਿਹਾ ਤੁਸੀਂ ਲੈ ਲਓ ਛੋਟਾ ਲੈ ਲਓ ਛੇ ਮਹੀਨੇ ਸਾਲ ਵਾਲਾ ਇੱਕ ਮਿੰਟ ਪੁੱਤ ਇੱਕ ਮਿੰਟ ਤੁਸੀਂ ਖੇਡੋ ਦੋ ਮਿੰਟ ਛੋਟਾ ਕੋਰਸ ਲੈ ਲਓ ਪੀ ਆਰ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਹੋ ਜਾਓ ਉੱਥੇ ਮੰਨ ਲਓ ਛੇ ਮਹੀਨੇ ਸਾਲ ਤੁਹਾਨੂੰ ਕੰਮ ਕਰਨ ਦੀ ਵੀ ਨਹੀਂ ਲੋੜ ਕੁਛ ਵੀ ਨਹੀਂ ਤੁਹਾਨੂੰ ਓਨਾ ਕੁ ਖਰਚਾ ਤੁਹਾਡੀ ਉਹਦੇ ਵਿੱਚ ਫੀਸ ਦੇ ਵਿੱਚ ਰਹਿਣ ਦਾ ਤੇ ਉਹ ਹੋ ਜਾਣਾ ਐਂ ਨਾ ਦੇਖਿਆ ਹੋ ਕਿ ਆਪਾਂ ਕੈਨੇਡਾ ਚੱਲੇ ਆ ਬਸ ਕੈਨੇਡਾ ਚੱਲੇ ਪੂਰਾ ਆਪਦਾ ਪਲੈਨਿੰਗ ਨਾਲ ਆਓ ਕਿ ਕਿਵੇਂ ਕਿਹੜੀ ਸਟੇਟ 'ਚ ਜ਼ਿਆਦਾ ਈਜ਼ੀ ਆ ਉਸ ਤਰ੍ਹਾਂ ਆਪਦਾ ਪਲੈਨ ਬਣਾ ਕੇ ਆਓ ਤੇ ਇਹਦੇ ਅੱਛਾ ਦੂਜੇ ਇਹਦੇ ਹੁਣ ਵਿੱਚ ਇਹ ਆ ਵੀ ਜਾਣੀ ਜਦੋਂ ਬੱਚੇ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਹੁੰਦਾ ਵੀ ਕਿਉਂਕਿ ਪੀ ਆਰ ਆ ਜਿਹੜੇ ਉਹ ਘੱਟ ਫੀਸ ਭਰਦੇ ਆ ਜਿਹੜੇ ਇੰਟਰਨੈਸ਼ਨਲ ਆ ਵੀ ਉਹ ਜ਼ਿਆਦਾ ਫੀਸ ਭਰਦੇ ਆ ਈਵਨ ਸਾਨੂੰ ਵੀ ਲੱਗਦਾ ਹੁੰਦਾ ਸੀ ਲਾਈਕ ਉਹਨਾਂ ਦੀ 1900 ਫੀਸ ਆ ਸੈਮੈਸਟਰ ਦੀ ਤੇ ਉਹ ਉਹਦਾ ਕਾਰਨ ਆ ਹੁਣ ਅੱਛਾ ਉਹਦਾ ਕਾਹਤੋਂ 1900 ਕਾਹਤੋਂ ਆ ਕਿਉਂਕਿ ਜਿਹੜੇ ਉਹਨਾਂ ਦੇ ਮਾਂ ਪਿਓ ਆ ਨਾ ਬੱਚਿਆਂ ਦੇ ਉਹ ਇੱਥੇ ਆ ਕੇ ਉਹਨਾਂ ਨੇ 40-40 ਸਾਲ ਹੋ ਗਏ ਉਹਨਾਂ ਨੂੰ ਜੌਬਾਂ ਕਰਦਿਆਂ ਨੂੰ ਟੈਕਸ ਆਪਦਾ ਉਹ ਘਟਾਉਂਦੇ ਜਿਹੜੇ $14 ਦੇ ਵਿੱਚੋਂ $3 ਆ ਜਿਹੜੇ ਉਹ ਟੈਕਸ ਭਰਦੇ ਆ ਤੇ ਉਹਨਾਂ ਦੇ ਪੱਲੇ ਵੀ 9 ਹੀ ਪੈਂਦੇ ਆ ਜਿਵੇਂ ਮੈਂ ਕੰਮ ਕਰਾਂ ਹੁਣ ਮੈਂ ਪੀ ਆਰ ਹਾਂ ਜਾਂ ਸਿਟੀਜ਼ਨ ਆ ਜਿਹੜਾ ਮੈਂ $14 ਦੇ ਕੰਮ ਕਰੂੰ ਮੈਂ $4 ਆ ਜਿਹੜੇ $3 ਆ ਜੋ ਵੀ ਆ ਟੈਕਸ ਇੱਕ CPP ਹੋ ਗਈ ਇੱਕ ਹੋਰ ਹੋ ਗਈ ਜਾਣੀ ਸਾਰੀ ਆ ਆਪਦੀ ਇੰਸ਼ੋਰੈਂਸ ਪੇਰੋਲ ਜਾਣੀ ਜਿਹੜਾ ਮੇਰਾ ਟੈਕਸ ਕੱਟਿਆ ਜਾਣਾ ਉਹਦੇ ਵਿੱਚੋਂ ਆ ਦੇਖੋ ਆਹ ਸਾਰਾ ਕੁਛ ਬਣਨਾ ਉਹ ਖੜੀ ਆ ਗੱਡੀ ਪਾਰਕ ਮੇਨਟੇਨੈਂਸ ਵਾਲਿਆਂ ਦੀ ਕਿੱਥੇ ਗਈ ਪਾਰਕ ਮੇਨਟੇਨੈਂਸ ਵਾਲਿਆਂ ਦੀ ਉਹਦੀ ਫੀਸ ਵੀ ਮੈਂ ਦੇਣੀ ਆ ਉਹ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਮੰਨ ਲਓ ਆਹ ਬੱਚੇ ਖੇਡਦੇ ਆ ਪਾਰਕ ਹਾਂ ਆਹ ਦੇਖੋ ਆਹ ਜਿਹੜੀ ਪਾਰਕਾਂ ਦੀ ਮੇਨਟੇਨੈਂਸ ਆ ਨਾ ਉਹ ਉਸੇ $3-4 ਜਿਹੜਾ ਟੈਕਸ ਐਕਸਟਰਾ ਪੀ ਆਰ ਬੰਦਾ ਦਿੰਦਾ ਉਹਦੇ ਵਿੱਚੋਂ ਹੀ ਜਾਣੀ ਆ ਹੁਣ ਜੇ ਮੰਨ ਲਓ ਤੁਹਾਨੂੰ ਵੀ ਜਿਹੜੇ ਬੱਚੇ ਆ ਜਿਹੜੇ ਇੰਟਰਨੈਸ਼ਨਲ ਆ ਰਹੇ ਆ ਪਰ ਲੀਗਲੀ ਉਹ ਕੰਮ ਨਹੀਂ ਕਰ ਸਕਦੇ ਕੱਚੇ ਕੈਸ਼ 'ਤੇ ਕੰਮ ਕਰਨਾ ਅਤੇ ਤੁਸੀਂ ਕਹੋ ਵੀ ਸਾਨੂੰ ਵੀ $14 ਮਿਲਣ ਅਤੇ ਤੁਸੀਂ $4 ਕੀ ਟੈਕਸ ਭਰੋਗੇ ਉਹਦਾ 14 ਦੇ ਵਿੱਚੋਂ ਕਿਉਂਕਿ ਮੈਨੂੰ ਵੀ ਕਹਿ ਲਓ ਵੀ ਉਤਲੇ $3-4 ਟੈਕਸ ਭਰ ਕੇ ਪੱਲੇ ਤਾਂ ਮੇਰੇ 9 ਹੀ ਪੈਂਦੇ ਆ ਅਤੇ ਤੁਹਾਨੂੰ ਕੈਸ਼ 9 ਮਿਲ ਜਾਂਦੇ ਆ 10 ਮਿਲ ਜਾਂਦੇ ਆ ਤਾਂ ਤੁਹਾਨੂੰ ਕੀ ਮਾੜਾ ਨਾ ਤੁਸੀਂ ਟੈਕਸ ਭਰਨਾ ਉਹ ਵੀ ਦੇਖੋ ਨਾ ਨਾ ਤੁਸੀਂ ਪਾਰਕ ਮੇਨਟੇਨੈਂਸ ਦੇਣੀ ਹੈ ਨਾ ਤੁਸੀਂ ਰੋਡਾਂ ਦੇ ਨਾ ਟੈਕਸ ਨਾ ਬਿਜਲੀ ਨਾ ਪਾਣੀ ਉਹਦਾ ਕੋਈ ਨਹੀਂ ਦੇਣਾ ਅਸੀਂ $3-4 ਦੇ ਵਿੱਚ ਸਾਰਾ ਕੁਝ ਦੇਣਾ ਜਾਣੀ ਜਿਹੜੇ ਤੁਸੀਂ ਆਪਾਂ ਆਨੰਦ ਮਾਣਦੇ ਹਾਂ ਜਾਣੀ ਇੱਥੇ ਉਹ ਅੱਛਾ ਹੁਣ
ਤਾਂ ਕਰਕੇ ਉਹ ਹੈਗਾ ਭਾਈ ਬਰਾਬਰ ਹੀ ਆ ਜਿਹੜੇ ਤੁਹਾਨੂੰ ਕੈਸ਼ ਦੇ ਵਿੱਚ ਪੈਸੇ ਮਿਲਦੇ ਆ ਤਾਂ ਕਰਕੇ ਉਹਨੂੰ ਐਵੇਂ ਮੁੱਦਾ ਨਾ ਬਣਾਓ ਥੋੜ੍ਹੀ ਗੇਮ ਸਮਝੋ ਵੀ ਚੱਕਰ ਕੀ ਆ ਕਿਉਂਕਿ ਤੁਸੀਂ ਟੈਕਸ ਨਹੀਂ ਦੇ ਰਹੇ ਹਾਂ ਜਿੱਦਾਂ ਤੁਸੀਂ ਪੀ ਆਰ ਹੋ ਗਏ ਉੱਦਾਂ ਤੁਹਾਡੇ 14 ਜਿੰਨੇ ਹੈਗੇ ਆ ਦੂਜੇ ਉਨੇ ਹੋ ਪਰ ਉਹਦੇ ਵਿੱਚੋਂ ਵੀ ਫਿਰ ਤੁਹਾਡਾ ਟੈਕਸ ਚਲਿਆ ਜਾਣਾ ਸੀ ਪੀ ਪੀ ਚਲੀ ਜਾਣੀ ਆ ਪੈਨਸ਼ਨ ਚਲੀ ਜਾਣੀ ਆ ਜੋ ਵੀ ਈ ਐਮ ਆਈ ਚਲੀ ਜਾਣੀ ਆ ਮੈਂ ਕਹਾਂ ਮੈਂ ਇੰਨੀਆਂ ਫੀਸਾਂ ਭਰੀਆਂ ਮੈਨੂੰ ਕੀ ਬੈਨੀਫਿਟ ਹੁਣ ਮੈਨੂੰ ਪਤਾ ਲੱਗਦਾ ਕਿ ਕੱਲ੍ਹ ਨੂੰ ਮੇਰੇ ਬੱਚੇ ਜਾਣਗੇ ਕਾਲਜ ਯੂਨੀਵਰਸਿਟੀਜ਼ ਇਹਨਾਂ ਨੂੰ ਇੰਨਾ ਨਹੀਂ ਪੇ ਕਰਨਾ ਪੈਣਾ ਜਿੰਨਾ ਮੈਂ ਕੀਤਾ ਹੁਣ ਸਮਝ ਆਉਂਦਾ ਜਦ ਆਪਾਂ ਨਵੇਂ ਆਉਂਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਸਿਸਟਮ ਕੀ ਆ ਠੀਕ ਆ ਹੁਣ ਜਿਵੇਂ ਜਿਹੜੇ ਸਟੂਡੈਂਟ ਅੱਜ ਪੜ੍ਹ ਰਹੇ ਆ ਜ਼ਿਆਦਾ ਫੀਸਾਂ ਦੇ ਰਹੇ ਆ ਕੱਲ੍ਹ ਨੂੰ ਪੱਕੇ ਹੋਣਗੇ ਉਹ ਬੈਨੀਫਿਟ ਉਹਨਾਂ ਦੇ ਬੱਚਿਆਂ ਨੂੰ ਮਿਲੂਗਾ ਹੁਣ ਅੱਜ ਆਪਾਂ ਨੂੰ ਲੱਗ ਰਿਹਾ ਕਿ ਆਪਾਂ ਬਹੁਤ ਜ਼ਿਆਦਾ ਪੇ ਕਰ ਰਹੇ ਹਾਂ ਹਾਂ ਹੁਣ ਦੇਖੋ ਜੇ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਟੈਕਸ ਭਰਿਆ ਹੋਊਗਾ ਉਹ ਫੇਰ ਹੀ ਉਹਦੀ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਉਹਦਾ ਜਿਹੜੀ ਆਊਟਪੁੱਟ ਜਾਂ ਬੈਕ ਕੀ ਕਹਿੰਦੇ ਹੁੰਦੇ ਆ ਰਿਟਰਨ ਮਿਲ ਜੂ ਹਾਂ ਰਿਟਰਨ ਹੁਣ ਮੈਂ ਟੈਕਸ ਭਰਦਾ ਤਾਂ ਮੇਰੇ ਬੱਚਿਆਂ ਨੂੰ ਪਾਰਕ ਆਨੰਦ ਲੈਂਦੇ ਆ ਜਾਣੀ ਕਹਿ ਲਓ ਠੀਕ ਆ ਤੇ ਹੁਣ ਫ੍ਰੀ ਸਕੂਲਿੰਗ ਆ ਹਾਂ ਉਹਦੀ ਹਾਂ ਠੀਕ ਆ ਹੁਣ ਤੁਹਾਡੇ ਮੰਨ ਲਓ ਤੁਸੀਂ ਆ ਕੇ ਬੱਚੇ ਨਵੇਂ 6 ਮਹੀਨੇ ਹਜੇ ਆਏ ਤੁਸੀਂ ਇੱਥੇ ਕੰਟਰੀ ਦੇ ਵਿੱਚ ਕੋਈ ਇਹੋ ਜਿਹਾ ਯੋਗਦਾਨ ਨਹੀਂ ਪਾਇਆ ਇਕੱਲੀ ਫੀਸ ਤੋਂ ਬਿਨਾਂ ਹਜੇ ਤੱਕ ਹਨਾ ਆਪਾਂ ਇੰਡੀਆ ਆਪਾਂ ਸਰਕਾਰੀ ਸਕੂਲਾਂ 'ਚ ਜਾਈਏ ਆਪਾਂ ਨੂੰ ਫ੍ਰੀ ਆ ਹਾਂ ਆਪਾਂ ਕਿਉਂਕਿ ਉੱਥੇ ਆਪਣੇ ਪੇਰੈਂਟਸ ਨੇ ਉੱਥੇ ਕੰਮ ਕਰਕੇ ਟੈਕਸ ਦਿੱਤੇ ਹਾਂ ਆਪਣੇ ਮਾਂ ਪਿਓ ਦੇਖੋ ਜਿਹੜੇ ਹੁਣ ਬੱਚੇ ਇੰਟਰਨੈਸ਼ਨਲ ਉਹਨਾਂ ਦੇ ਮਾਂ ਪਿਓ ਜਿਹੜੇ ਉਹਨਾਂ ਨੇ ਤਾਂ ਟੈਕਸ ਭਰਿਆ ਇੰਡੀਆ ਉਹਨਾਂ ਨੂੰ ਸਹੂਲਤ ਮਿਲਣੀ ਹੈ ਇੰਡੀਆ ਪਰ ਉਹਨਾਂ ਦੇ ਬੱਚਿਆਂ ਨੂੰ ਇੱਥੇ ਨਹੀਂ ਮਿਲ ਸਕਦੀ ਇੱਥੇ ਉਹਨਾਂ ਸਿਰਫ ਇਹ ਆ ਵੀ ਇੰਟਰਨੈਸ਼ਨਲ ਹੁਣ ਦੇਖੋ ਇੰਟਰਨੈਸ਼ਨਲ ਇਕੱਲਾ ਇਹ ਨਹੀਂ ਇਹ ਦੱਸਦੇ ਆ ਵੀ ਯੂਪੀ ਆਗਰੇ ਦੇ ਵਿੱਚ ਜਾਂ ਸਾਡੇ ਹੈਗਾ ਉੱਥੇ ਹਿੰਦੀ ਇੰਸਟੀਟਿਊਟ ਆ ਉੱਥੇ ਬਾਹਰੋਂ ਜਾਂਦੇ ਆ ਇੰਟਰਨੈਸ਼ਨਲ ਸਟੂਡੈਂਟਸ ਉਹ ਲੱਖਾਂ 'ਚ ਫੀਸਾਂ ਭਰਦੇ ਆ ਅਤੇ ਆਪਣੀਆਂ ਉੱਥੇ 5-4 ਹਜ਼ਾਰ ਰੁਪਈਏ ਦੀ ਫੀਸ ਆ ਤੇ ਉਹ ਲੱਖਾਂ 'ਚ ਭਰਦੇ ਆ ਕਿਉਂਕਿ ਉਹ ਇੰਟਰਨੈਸ਼ਨਲ ਫੀਸ ਪੇ ਕਰ ਰਹੇ ਆ ਇਕੱਲਾ ਕੈਨੇਡਾ ਦਾ ਸਿਸਟਮ ਨਹੀਂਗਾ ਕਿ ਆਪਾਂ ਇੱਧਰੋਂ ਉੱਧਰ ਉੱਧਰੋਂ ਇੱਧਰ ਜਿਹੜੇ ਵਰਲਡ ਦੇ ਵਿੱਚ ਕਿਤੇ ਵੀ ਜਦੋਂ ਤੁਸੀਂ ਜਾਓਗੇ ਇੰਟਰਨੈਸ਼ਨਲ ਲੈਵਲ 'ਤੇ ਉਹ ਤੁਹਾਡੀ ਉਹ ਉਸੇ ਕੰਟਰੀ ਦੇ ਹਿਸਾਬ ਨਾਲ ਗੁਣਾ ਹੋ ਕੇ ਹੁੰਦੀ ਆ ਹੁਣ ਮੰਨ ਲਓ ਤਾਜ ਮਹਿਲ ਆਗਰੇ ਕੋਈ ਫੋਰਨ ਜਿਹੜਾ ਗੋਰਾ ਵਾ ਉਹਦੀ ਕਿੰਨੇ ਕਿੰਨੀ ਟਿਕਟ ਆ ਉਹਦੀ 1000 ਰੁਪਈਏ ਦੀ ਟਿਕਟ ਹਾਂ ਲੋਕਲ ਬੰਦਾ 30 ਰੁਪਈਏ ਦਾ ਉਹ ਫਿਰ ਹਿਸਾਬ ਕਿਤਾਬ ਕੌਣ ਲਾਊਗਾ ਜਾਣੀ ਆਪਾਂ ਕਦੇ ਆਪਦੀ ਕੰਟਰੀ ਦੇ ਵਿੱਚ ਇਹ ਗੱਲ ਪਹਿਲਾਂ ਜਿਹੜੇ ਉੱਥੇ ਆਪਣੇ ਕਾਲੇ ਆਉਂਦੇ ਆ ਅਫਰੀਕਾ ਤੋਂ ਉਹਨਾਂ ਦੀ ਪੁੱਛੋ ਕਿੰਨੀ ਫੀਸ ਆ ਅਤੇ ਤੁਹਾਡੀ ਕਿੰਨੀ ਫੀਸ ਆ ਅਗਲਾ ਇਹ ਕਹਿ ਦੂਗਾ ਵੀ ਤੁਸੀਂ ਹਾਂ ਉਹ ਕਾਲੇ ਆ ਜਿਹੜੇ ਉੱਥੇ ਮੰਨ ਲਓ ਰਹਿ ਕੇ ਪੀ ਆਰ ਹੋ ਜਾਣਗੇ ਸਿਟੀਜ਼ਨ ਹੋ ਜਾਣਗੇ ਟੈਕਸ ਭਰਨਗੇ ਉਹਨਾਂ ਨੂੰ ਵੀ ਸਰਕਾਰੀ ਸਕੂਲ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਮਿਲ ਜੂਗਾ ਗਾ ਇਹ ਹਰੇਕ ਕੰਟਰੀ ਦਾ ਸਿਸਟਮ ਆ ਤਾਂ ਕਰਕੇ ਜਦੋਂ ਹੁਣ ਮੰਨ ਲਓ ਆਪਾਂ ਤੁਸੀਂ ਪੀ ਆਰ ਹੋ ਗਏ ਬੱਚੇ ਜਿਹੜੇ ਆ ਹੈ ਨਾ ਉਦੋਂ ਬਾਅਦ ਤੁਹਾਨੂੰ ਰਾਈਟ ਵੇ ਤੁਹਾਡੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਆਮ ਬੰਦੇ ਦੀਆਂ ਹੈਗੀਆਂ ਸਿਟੀਜ਼ਨ ਦੀਆਂ ਰਾਈਟ ਵੇ ਤੁਹਾਨੂੰ ਚੱਲ ਪੈਣੀਆਂ ਠੀਕ ਆ ਇਸ ਲੌਂਗ ਐਸ ਤੁਸੀਂ ਕਿਉਂਕਿ ਕੰਟਰੀ ਦੇ ਹਜੇ ਵਸ਼ਿੰਦੇ ਨਹੀਂ ਹੈਗੇ ਤੁਸੀਂ ਉਸ ਕੰਟਰੀਆਂ ਦੇ ਬੈਕ ਹੋਮ ਕੰਟਰੀਆਂ ਦੇ ਵਸ਼ਿੰਦੇ ਆ ਤਾਂ ਕਰਕੇ ਤੁਹਾਨੂੰ ਨਾ ਤਾਂ ਸਹੂਲਤ ਦੇ ਸਕਦੇ ਆ ਬਾਈ ਲਾ ਜਾਣੀ ਕਿਉਂਕਿ ਜੇ ਦੇਣਗੇ ਮੰਨ ਲਓ ਤਾਂ ਫਿਰ ਜਿਹੜੇ ਪੀ ਆਰ ਆ ਜਿਹੜੇ ਟੈਕਸ ਭਰਦੇ ਆ ਹਾਂ ਉਹ ਰੌਲਾ ਪਾਉਣਗੇ ਯਾਰ ਵੀ ਅਸੀਂ ਟੈਕਸ ਭਰੀ ਜਾਂਦੇ ਹਾਂ ਤੁਸੀਂ ਕੱਚੇ ਬੰਦਿਆਂ ਨੂੰ ਸਾਰੀਆਂ ਸਹੂਲਤਾਂ ਦੇਈ ਜਾਂਦੇ ਆ ਵੀ ਇਸ ਲਓ ਪਹਿਲਾਂ ਇਹਨਾਂ ਤੋਂ ਫੀਸ ਤਾਂ ਹੀ ਤੁਹਾਨੂੰ ਜਿੰਨੀ ਕੁ ਤੁਸੀਂ ਮੰਨ ਲਓ 3 ਸਾਲ ਜਿਹੜਾ ਤੁਸੀਂ ਇੱਥੇ ਰਹਿਣਾ ਉਨੇ ਕੁ ਤੁਹਾਡੇ ਤੋਂ ਐਕਸਟਰਾ ਪੈਸੇ ਅਗਲੇ ਨੇ ਲੈ ਲਏ ਵੀ ਯਾਰ ਜੇ ਇਹਨੂੰ ਆਪਾਂ ਉਹੋ ਜਿਹੀ ਸਹੂਲਤ ਵੀ ਦੇਣੀ ਆ ਹਰੇਕ ਚੀਜ਼ ਇਹੋ ਜਿਹੀਆਂ ਸੜਕਾਂ ਵੀ ਦੇਣੀਆਂ ਉਹੋ ਜਿਹਾ ਇਹਨੂੰ ਘੁੰਮਣ ਫਿਰਨ ਨੂੰ ਲਾਈਫ ਲਾਇਬ੍ਰੇਰੀਆਂ ਦੇਣੀਆਂ ਤਾਂ ਕਰਕੇ ਉਨੇ ਕੁ ਤੁਹਾਡੇ ਅਗਲੇ ਨੇ ਪਹਿਲਾਂ ਬਟੋਰ ਲਏ ਐਕਸਟਰਾ ਜਿਹੜੇ 15,000 ਜਿਹੜੀ ਤੁਹਾਡੇ ਫੀਸ ਲੈਂਦੇ ਆ ਸਮੈਸਟਰ ਦੀ ਉਹ ਇਹੀ ਚੀਜ਼ ਆ ਵੀ ਕਿਉਂਕਿ ਉਹੋ ਜਿਹੀ ਤੁਹਾਨੂੰ ਸਹੂਲਤ ਦੇਣੀ ਸੋ ਇੱਕ ਤਾਂ ਇਹ ਆ ਜਾਣੀ ਤਾਂ ਕਰਕੇ ਵੀ ਹੈਗਾ ਭਾਈ ਬਰਾਬਰ ਹੀ ਆ ਤੁਹਾਡਾ $9 ਜਾਂ $10 ਜਿਹੜੇ ਕੈਸ਼ ਮਿਲਦੇ ਆ ਐਵੇਂ ਇਹਨੂੰ ਲੱਤ ਨਾ ਮਾਰੋ ਆਪਦੀ ਐਵੇਂ ਖੇਹ ਖਰਾਬ ਨਾ ਕਰੋ ਹੁਣ ਅੱਛਾ ਇਸ ਚੱਕਰ ਕਰਕੇ ਕੀ ਚੱਕਰ ਚੱਲਿਆ ਹੋਇਆ ਹੁਣ 2 ਕਮਿਊਨਿਟੀਆਂ ਬਣ ਗਈਆਂ ਇੱਕ ਤਾਂ ਸਟੂਡੈਂਟਾਂ ਦੀ ਬਣ ਗਈ ਅੱਡ ਤੋਂ ਕਮਿਊਨਿਟੀ ਇੱਕ ਪੀ ਆਰ ਦੀ ਹੁਣ ਇਹਨਾਂ ਦੇ ਵਿੱਚ ਫਰਕ ਪੈ ਗਿਆ ਹੁਣ ਮੈਂ ਪੀ ਆਰ ਹਾਂ ਆ ਮੇਰੀ ਵਾਈਫ ਸਟੂਡੈਂਟ ਆ ਹੁਣ ਅਸੀਂ ਜੇ ਐਂ ਲੜਦੇ ਰਹੀਏ ਤਾਂ ਦੇਖੋ ਫਰਕ ਪੈ ਗਿਆ ਸਾਡੀ ਅੱਡ ਅੱਡ 2 ਕਮਿਊਨਿਟੀਆਂ ਬਣ ਗਈਆਂ ਨਹੀਂ ਭਾਈ ਨਹੀਂ ਐਂ ਨਹੀਂ ਦੇਖੋ ਅੰਡਰਸਟੈਂਡਿੰਗ ਆ ਇਹਨੂੰ ਕਰੋ ਸਿਸਟਮ ਨੂੰ ਤਾਂ ਕਰਕੇ ਫਿਰ ਹੀ ਤੁਸੀਂ ਐਂ ਇਕੱਠੇ ਰਹਿ ਸਕਦੇ ਆ ਬਹਿ ਸਕਦੇ ਆ ਹੁਣ ਬੱਚਿਆਂ ਦੇ ਵਿੱਚ ਉਹਨਾਂ ਨੂੰ ਹੀ ਸਮਝਣਾ ਚਾਹੀਦਾ ਜਿਹੜੇ ਪੱਕੇ ਆ ਪੁਰਾਣੇ ਆ ਠੀਕ ਆ ਹਨਾ ਜਿਹੜੇ ਸਟੂਡੈਂਟ ਆ ਉਹ ਵੀ ਐਂ ਇੱਕ ਧਰਮ ਵਾਂਗੂ ਨਾ ਬਣਾ ਲਓ ਇਹ ਸਟੂਡੈਂਟ ਧਰਮ ਆ ਇਹ ਪੀਆਰ ਹਾਂ ਤਾਂ ਹਾਂ ਉਹਦੇ ਐਂ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਇਹੀ ਹੈ ਨਾ ਕਿਉਂਕਿ ਆਪਣੀ ਕਮਿਊਨਿਟੀ 'ਚ ਇਹੋ ਜਿਹੀ ਥੋੜਾ ਜਿਹਾ ਇਹ ਜੀ ਗੱਲ ਨਹੀਂ ਥੋੜਾ ਜਿਹਾ ਜਿਹੜੇ ਪੁਰਾਣੇ ਆਏ ਆ ਉਹਨਾਂ 'ਚ ਕਿਤੇ ਨਾ ਕਿਤੇ ਤਾਂ ਦੀਂਦਾ ਕਿ ਲਾਈਕ ਇਹਨਾਂ ਨੂੰ ਇੰਨੀ ਈਜ਼ੀਲੀ ਇਹ ਕੈਨੇਡਾ ਆ ਕੇ ਕੁਝ ਕੀਤਾ ਵੀ ਨਹੀਂਗਾ ਠੀਕ ਆ ਦੇਖੋ ਹੈਗਾ ਹਨਾ ਚਲੋ ਠੀਕ ਆ ਉਹ ਵੀ ਠੀਕ ਆ ਉਹ ਆਪਦੀ ਸੋਚ ਨਹੀਂ ਛੱਡ ਸਕਦੇ ਪਰ ਨਹੀਂ ਉਹ ਆਏ ਹਨਾ ਉਹ ਤਾਂ ਹੁਣ ਦੇਖੋ ਪਹਿਲੀਆਂ ਦੇ ਵਿੱਚ ਜਿਵੇਂ ਆਪਾਂ ਉਹ ਸੁਣਦੇ ਆ ਬਈ ਕਾਮਾ ਗਾਟਾ ਮਾਰੂ ਜਹਾਜ਼ ਉਹ ਹੁਣ ਉਹ ਕਿੰਨੇ ਔਖੇ ਆਏ ਆ ਉਹਨਾਂ ਨੂੰ ਤਾਂ ਉਤਰਨ ਵੀ ਨਹੀਂ ਦਿੰਦੇ ਸੀਗੇ ਇੱਥੇ ਪਹਿਲੀਆਂ ਦੇ ਵਿੱਚ 100-100 ਸਾਲ ਪਹਿਲਾਂ ਠੀਕ ਆ ਉਹ ਉਤਰੇ ਉਹਨਾਂ ਨੇ ਕਿੰਨੇ ਔਖੇ ਹੋਏ ਆ ਫਿਰ ਉਦੋਂ ਗਾ ਰਿਫਿਊਜੀ ਸਿਸਟਮ ਚੱਲ ਪਿਆ ਫਿਰ ਪਹਿਲਾਂ ਰਿਫਿਊਜੀ ਕਹਿਣਗੇ ਹੁਣ ਯਾਰ ਅਸੀਂ ਇੰਨੇ ਔਖੇ ਹੋ ਕੇ ਪੀ ਆਰਾਂ ਲਈਆਂ ਇੱਥੇ
है ना, तो असी आए जंगलों के बच्चे हो के आए हैं, तो हूँ उदूगा पी आर सिस्टम, हूँ असी फैमिली केस के बच्चे आए हैं, हूँ मैं कहता यार मगरों हूँ बी उदूगा स्टूडेंट आ, जानी ए गांह की गांह, तो हूँ स्टूडेंट जोड़े आ इन्होंने होर 5-10 साल बाद हो सकता कोई मान लो सीरिया तो जिमें रिफ्यूजी फिर मंगाने लग गए ज होर कंट्री के वर्कर, जानी फिर थोनू फील होने लग जू यार असी तो आए आए हैं वधिया एक नंबर के हूँ कंट्री वाले दूजे लोट मंगाने लग गए, जानी हरेक नू फील होंगे ਪਿਛਲੀ ਜਿਹੜੀ ਹਨਾ ਹਾਂ ਜਿਹੜਾ ਸਮਾਂ ਹੁੰਦਾ ਉਹ ਜਦੋਂ ਉਦੋਂ ਸਟੂਡੈਂਟ ਨਹੀਂ ਆਉਂਦੇ ਸੀ ਪੁਰਾਣੇ ਟਾਈਮਾਂ 'ਚ, ਹੁਣ ਸਟੂਡੈਂਟ ਆਉਣ ਲੱਗ ਗਏ, ਪੁਆਇੰਟ ਸਿਸਟਮ ਵਾਲੇ ਆਉਣ ਲੱਗ ਗਏ ਸੀ ਵਿੱਚ, ਹਾਂ ਜੇ ਠੀਕ ਆ, ਹਾਂ ਗਲਤ ਵੇ ਨਾਲ ਨਹੀਂ ਆਏ ਆਪਦੇ, ਕੋਈ ਨਕਲੀ ਵਿਆਹ ਨਹੀਂ ਕਰਾ ਕੇ ਆਏ, ਕੋਈ ਕੁਝ ਨਹੀਂ, ਆਪਦਾ ਇੱਕ ਨੰਬਰ 'ਚ ਆਏ ਆ, ਓਕੇ ਆ, ਪਰ ਜਿਹੜੇ ਹੁਣ ਲੋਕ ਪੁਰਾਣੇ ਆਏ ਆ ਉਹ ਥੋੜਾ ਜਿਹਾ ਹੁਣ ਇਹ ਚੀਜ਼ਾਂ ਤੋਂ ਜੈਲਸ ਵੀ ਕਰਦੇ ਆ ਕਿ ਇੰਨੀ ਈਜ਼ੀਲੀ, ਪਰ ਠੀਕ ਆ ਉਹਨਾਂ 'ਚ ਕਾਬੀਲੀਅਤ ਆ ਆਪਦੇ ਦਮ ਤੇ ਆ ਗਏ ਆ। ਨਹੀਂ ਨਹੀਂ ਇਹ ਤਾਂ ਹੈਗਾ ਹੀ ਆ ਪੁਆਇੰਟ, ਇਹ ਤਾਂ ਵੈਲਿਡ ਪੁਆਇੰਟ ਹੈ ਇੱਕ, ਚਲ ਬੱਚਿਆਂ ਨੇ ਹਾਂ, ਪਰ ਆਪਾਂ ਜਾਣੀ ਦੀ ਲੋੜ ਨਹੀਂ ਆ, ਹਾਂ ਬਾਅਦ ਵਿੱਚੋਂ ਇਹ ਤੇ ਗੱਲ ਆਪਾਂ ਇਹ ਸਮਝਣੀ ਸੀ ਵੀ ਜਿਹੜੇ ਬੱਚੇ ਆ ਰਹੇ ਆ ਤਾਂ ਉਹ ਆਪਦਾ ਭਾਈ ਤੁਹਾਨੂੰ ਕੰਟਰੀ ਨੇ ਪਹਿਲਾਂ ਓਪਨਲੀ ਦੱਸ ਦਿੱਤਾ ਵੀ ਆਹ ਤੁਹਾਡੀ ਫੀਸ ਆ, ਆਪਦੀਆਂ ਟਰਮੈਂਟ ਕੰਡੀਸ਼ਨਸ ਰੱਖਦੀਆਂ ਆਪਾਂ ਐਗਰੀ ਹੋਏ ਆ, ਫੇਰ ਆ ਤੇ ਫਿਰ ਇੱਥੇ ਆ ਕੇ ਕੰਪਲੇਂਟ ਨਾ ਕਰੋ ਵੀ ਸਾਨੂੰ ਕੰਮ ਨਹੀਂ ਮਿਲਦਾ, ਸਾਨੂੰ ਪੱਕੇ ਬੰਦੇ ਉਹਦੇ ਪੀ ਆਰ ਬੰਦਿਆਂ ਦੇ ਬਰਾਬਰ ਨਹੀਂ ਸਾਨੂੰ ਪੈਸੇ ਮਿਲਦੇ। ਪਹਿਲੀ ਗੱਲ ਤਾਂ ਆਪਣੇ ਸਾਰੇ ਕੰਮ ਅਨਲੀਗਲ ਆਪਾਂ ਉਵੇਂ ਆ ਰਹੇ ਹਾਂ, ਜਾਂ ਤਾਂ ਇੱਕ ਨੰਬਰ 'ਚ ਆਪਦੀ 'ਚ ਪ੍ਰੋਪਰ ਫੀਸ ਹੋਵੇ ਹੈ ਨਾ ਆਪਣੇ ਕੋਲ, ਯਾਨੀ ਇਹ ਆਪਾਂ ਗੱਲ ਕਰਨੀ ਸੀ ਇੱਕ, ਅਤੇ ਇਦੂਗਾ 2-3 ਟੋਪਿਕ ਹੋਰ ਹੈਗੇ ਆ ਯਾਨੀ ਇਹਨਾਂ ਨਾਲ ਰਿਲੇਟਡ ਹੀ, ਅਤੇ ਉਹ ਆਪਾਂ ਦੁਬਾਰਾ ਇੱਕ ਪਾਰਟ ਹੋਰ ਬਣਾ ਲਵਾਂਗੇ। ਠੀਕ ਆ, ਓਕੇ, ਬਾਏ ਬਾਏ।